सीआरपीएफ के जवानों पर हुए हमले के मामले में पंजाब सरकार में कैबिनेट मंत्री नवजोत सिंह लुधियाना की ओर खिलाफ अपना रोष जाहिर करते हुए एक पार्क में सिद्धू के पुतले को फांसी तक दे दी गयी आज असि सिद्धू साहब जेडी बयान ऊट पटंगे दे रहे हैं जवान शहीदिया पा रहे और हमदर्दी जाहिर कर रहा है ਔਰ ਅਜ਼ੀਦਾ ਸਖਤ ਵਿਰੋਧ ਕਰਦੇ ਜੇ ਸਿੱਧੂ ਨੂੰ ਸਾਡੇ ਜਿਹੜੇ ਜਵਾਨ ਚੀਜ਼ੀਆਂ ਪਾ ਰਿਆ ਸਾਡੀਆਂ ਭੈਣਾਂ ਰੰਡੀਆਂ ਰੰਡੀਆਂ ਮਾਵਾਂ ਪੁੱਤਾਂ ਤੋਂ ਹੋ ਰਹੀਆਂ ਸੋ ਉਹਨਾਂ ਨੂੰ ਉਹਨਾਂ ਨਾਲ ਹਮਦਰਦੀ ਨੇ ਪਾਕਿਸਤਾਨੀਆਂ ਨਾਲ ਹਮਦਰਦੀ ਹੈ ਜੇ ਸਿੱਧੂ ਨੂੰ ਪਾਕਿਸਤਾਨੀਆਂ ਨਾਲ ਹਮਦਰਦੀ ਹੈ ਅਜ਼ੀਨ ਨੂੰ ਇਹ ਕਹਿੰਨੇ ਉਸੇ ਜਾ ਕੇ ਮੂੰਹ ਖਾਲਾ ਕਰਕੇ ਔਰ ਉਸੇ ਪਾਕਿਸਤਾਨ ਵਿੱਚ ਹੀ ਚਲੇ ਜਾਓ ਔਰ ਸਾਡੇ ਜਵਾਨਾਂ ਦਾ ਜਿਹੜਾ ਬਣੋਬਾਲ ਉਹਨਾਂ ਡੇਗਣ ਦੀ ਕੋਸ਼ਿਸ਼ ਕਰੋ ਜੇ ਸਿੱਧੂ ਇਸ ਤਰ੍ਹਾਂ ਹੀ ਕਰਦਾ ਰਿਹਾ ਅਸੀਂ ਉਹਨੇ ਪੁੱਤਲਾ ਵੀ ਸਾੜਾਂਗੇ ਔਰ ਉਹਦੀ ਕੋਠੀ ਦਾ ਘਰੌ ਵੀ ਕਰਾਂਗੇ